ਵਿਜੀਲੈਂਸ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਦੇ SMO ਡਾਕਟਰ ਕਵਲਜੀਤ ਸਿੰਘ ਨੂੰ ਅੱਜ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਹ ਜਿਹੜੀ ਰਿਸ਼ਵਤ ਹੈ ਕੰਟੀਨ ਦੇ ਠੇਕੇਦਾਰ ਕੋਲੋਂ ਮੰਗੀ ਗਈ ਸੀ, ਉਸ ਕੋਲੋਂ ਇਸ ਏਵੇਜ਼ ਦੇ ਵਿੱਚ ਰਿਸ਼ਵਤ ਮੰਗੀ ਗਈ ਸੀਗੀ, ਜਾਂ ਤਾਂ ਜੋ ਜਾਂ ਕੰਟੀਨ ਦਾ ਅਗਲੇ ਸਾਲ ਦਾ ਠੇਕਾ ਵਾ ਉਸ ਨੂੰ ਵਧਾ ਕੇ ਦਿੱਤਾ ਗਿਆ ਸੀ, ਜਾਂ ਕੰਟੀਨ ਦਾ ਠੇਕੇਦਾਰ ਹੈ ਜੋ ਇੱਕ ਨਾਮੀ ਪੱਤਰਕਾਰ ਵੀ ਹੈ, ਉਸ ਨੂੰ ਲਗਾਤਾਰ ਡਾਕਟਰ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ, ਲੇਕਿਨ ਡਾਕਟਰ ਵੱਲੋਂ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ 'ਤੇ ਕਾਰਵਾਈ ਕਰਦਿਆਂ ਉਕਤ ਪੱਤਰਕਾਰ ਵੱਲੋਂ ਜੋ ਠੇਕੇਦਾਰ ਵੀ ਹੈ ਉਸ ਵੱਲੋਂ ਵਿਜੀਲੈਂਸ ਨਾਲ ਸੰਪਰਕ ਕੀਤਾ ਗਿਆ ਅਤੇ ਅੱਜ ਡਾਕਟਰ ਨੂੰ 50,000 ਰੁਪਏ ਦੀ ਰਿਸ਼ਵਤ ਦਿੱਤੀ ਗਈ। ਵਿਜੀਲੈਂਸ ਦੀ ਟੀਮ ਵੱਲੋਂ ਜੋ ਟਰੈਪ ਲਗਾਇਆ ਸੀ, ਟਰੈਪ ਲਗਾ ਕੇ ਡਾਕਟਰ ਨੂੰ ਪੈਸੇ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ ਅਤੇ ਵਿਜੀਲੈਂਸ ਵੱਲੋਂ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਧਰਮਵੀਰ ਸਿੰਘ ਹੈ ਜੀ, ਮੈਂ 25-27 ਸਾਲ ਤੋਂ ਇੱਥੇ ਪੱਤਰਕਾਰ ਹਾਂ ਔਰ ਸਾਫ਼ ਸੁਥਰੀ ਪੱਤਰਕਾਰੀ ਦੀ ਮੈਂ ਕੋਸ਼ਿਸ਼ ਕੀਤੀ ਆ। ਜਨਵਰੀ 23 ਦੇ ਵਿੱਚ ਮੈਂ ਆਪਣੇ ਬੇਟੇ ਨਾਲ ਵਾਸਤੇ ਇੱਥੇ ਕੰਟੀਨ ਲਈ ਜੀ ਮੱਧ ਇੰਟਰਪ੍ਰਾਈਜ਼ ਪਾਰਟਨਰਸ਼ਿਪ ਦੇ ਉੱਤੇ ਸੁਖਦੇਵ ਸਿੰਘ ਨਾਲ, ਅਤੇ ਉਹ ਜਨਵਰੀ 23 ਦਾ ਠੇਕਾ ਜਿਹੜਾ ਦਸੰਬਰ ਨੂੰ ਖਤਮ ਹੋਣਾ ਸੀ। ਮੈਂ SMO ਸਾਹਿਬ ਨੂੰ ਕਿਹਾ ਨਵੰਬਰ ਦੇ ਵਿੱਚ ਵੀ ਠੇਕਾ ਵਧਾ ਦਿਉ, ਮੈਨੂੰ ਘਾਟਾ ਬਹੁਤ ਪਿਆ। ਉਹਦੇ ਬਦਲੇ ਇਹਨਾਂ ਨੇ ਮੇਰੇ ਕੋਲ 50,000 ਰੁਪਏ ਰਿਸ਼ਵਤ ਮੰਗੀ ਸੀ, ਅਤੇ ਬੜੀ ਮੁਸ਼ਕਲ ਨਾਲ ਬੜੀ ਤਰਲੇ ਕਰਾ ਕੇ ਇਹਨਾਂ ਨੇ ਮੈਨੂੰ ਮਤਲਬ ਉਹ ਠੇਕਾ ਵਧਾ ਤਾ। ਮੈਨੂੰ ਨਿਯਮਾਂ ਤਹਿਤ ਵਧਾਇਆ, ਜੋ ਨਿਯਮ ਬਣਦੇ ਸੀ 10% ਮੁਤਾਬਕ ਉਹਦੇ ਬਕਾਇਦਾ ਕਿਸ਼ਤਾਂ ਦੇ ਰਿਹਾ ਹੈ, ਔਰ ਉਸ ਤੋਂ ਬਾਅਦ ਇਹਨਾਂ ਮੈਨੂੰ ਲਗਾਤਾਰ ਝੂਠੇ ਨੋਟਸ ਭੇਜਣੇ ਸ਼ੁਰੂ ਕਰਦੇ ਵੀ ਤੇਰੀ ਕੰਟੀਨ ਬੰਦ ਕਰਾ ਦੇਣੀ ਆ, 50,000 ਰੁਪਇਆ ਮੈਂ ਤੇਰੇ ਕੋਲ ਲੈਣਾ। ਉਹ ਤੋਂ ਬਾਅਦ ਮੈਂ ਬੜੀ ਫਰਮਾਇਸ਼ਾਂ ਪਵਾਈਆਂ ਨੇ ਬੜੇ ਲੋਕਾਂ ਕੋਲ, ਘੁਆਇਆ ਇਹਨਾਂ ਦੇ ਜਿਹੜੇ ਵਿਭਾਗ ਵਾਲੇ ਆ, ਪਰ ਇਹ ਕਹਿੰਦੇ ਵੀ ਜਿਹਦੇ ਕੋਲ ਮਰਜ਼ੀ ਘਵਾਲਾ ਪਾਣੀ ਪੁੱਲ 'ਤੇ ਨਹੀਂ ਲੱਗਣਾ। ਅਤੇ ਮੈਂ ਇਹਨਾਂ ਨੂੰ ਪਿਛਲੇ ਹਫ਼ਤੇ ਕਿਹਾ, ਮੈਂ ਕਿਹਾ ਮੈਨੇ ਹੈਸੀਅਤ ਦਾ ਮਾਲਕ ਨਹੀਂ ਹੈਗਾ, ਮੈਂ ਕੋਈ 25,000 ਰੁਪਇਆ ਲੈ ਲਓ, 25,000 ਰੁਪਇਆ ਦੇਣ ਗਿਆ ਇਹਨਾਂ ਨੂੰ ਹੱਥ ਜੁੜ ਕੇ, 25,000 ਰੁਪਏ ਲੈ ਲਓ ਵੀ, ਚਲੋ ਕੋਈ ਗੱਲ ਨਹੀਂ, ਚਲੋ ਤੁਸੀਂ ਵਧਾਇਆ ਵਾ ਮੇਰੇ ਬੱਚੇ ਡਿਊਟੀ ਲਾਈ ਪਈ। ਇਹ ਕਹਿੰਦੇ 50,000 ਤੋਂ ਘੱਟ ਲੈਣਾ ਜੀ। ਉਸ ਤੋਂ ਬਾਅਦ ਇਹਨਾਂ ਨਿਆਇਆ ਸਸਤਾ ਬਣਿਆ, ਮੈਂ ਕਿਹਾ ਬੰਦ ਕਰਾਓ ਜੀ, ਕਹਿੰਦੇ ਵੀ 10,000 ਰੁਪਇਆ ਤਾਂ ਲੱਗੂਗਾ ਜੀ ਵੱਖਰਾ। ਅਤੇ ਅੱਜ ਮੈਂ ਫਿਰ ਇਹਨਾਂ ਨੂੰ ਕਿਹਾ, ਮੈਂ ਕਿਹਾ ਰਸਤਾ ਬੰਦ ਕਰਾ ਦਿਓ, ਕਹਿੰਦੇ ਮਿਸਤਰੀ ਕੋਲੋਂ ਲਾਓ, 10,000 ਰੁਪਇਆ ਦਿਓ ਅਤੇ ਮਿਸਤਰੀ ਨੂੰ ਪੈਸੇ ਦਿਓ ਅਤੇ ਮੈਂ ਰਸਤਾ ਬੰਦ ਕਰਾਉਣ ਤਿਆਰ ਹਾਂ। ਅਤੇ ਮੈਨੂੰ ਕਹਿੰਦੇ ਪਹਿਲਾਂ ਪੈਸੇ ਦੇ, ਮੈਂ 50,000 ਰੁਪਇਆ ਭਾਅ ਜੀ ਕਰਕੇ ਮੈਂ ਗੱਲ ਕੀਤੀ ਵਿਜੀਲੈਂਸ ਵਾਲਿਆਂ ਨਾਲ, ਉਹਨਾਂ ਆ ਕੇ ਰੰਗੀ ਦੀ ਫੜ ਲਿਆ, 50,000 ਰੁਪਏ ਰਿਸ਼ਵਤ ਲਈ ਨੇ ਮੇਰੇ ਕੋਲੋਂ, ਬਾਕੀ ਕਾਰਵਾਈ ਚੱਲਦੀ ਪਈ ਆ। ਮੈਂ ਇੱਕ ਨਾਮੀ ਪੱਤਰਕਾਰ 27 ਸਾਲ ਤੋਂ ਮੇਰਾ ਪੰਜਾਬ ਦੇ ਵਿੱਚ ਨਾਮ ਆ, ਵੀ ਜੇ ਮੇਰੇ ਵਰਗੇ ਬੰਦੇ ਨੂੰ ਬਖਸ਼ਦਾ ਤਾਂ ਇੱਥੇ ਜਿਹੜੀ ਰੇਹੜੀਆਂ ਲਾਉਂਦੇ ਨੇ ਲੋਕ, ਉਹਨਾਂ ਕੋਲ ਰਿਸ਼ਵਤ ਲੈਂਦਾ ਵਾ। ਇਹਦੇ ਵੀਡੀਓ ਚੱਲਦੀਆਂ ਰਹੀਆਂ ਬੜੇ ਚਿਰ ਤੋਂ ਵੀ ਇਹ 2-2 ਹਜ਼ਾਰ ਰੁਪਇਆ ਮੁਲਾਜ਼ਮਾਂ ਕੋਲ ਲੈਂਦਾ ਤਨਖਾਹਾਂ ਦਾ, ਆ ਮੁਲਾਜ਼ਮ ਤਨਖਾਹਾਂ ਤੋਂ ਬੈਠੇ ਕਿੱਥੇ ਗਏ ਪੈਸੇ? ਬਿਜਲੀ ਬੋਰਡ ਨੇ ਵੱਡਾ ਘਪਲਾ ਕੀਤਾ, ਉੱਥੇ ਤਰੀਕਾ ਭੁਗਤਾ ਪਿਆ ਵਾ। ਇਹਦੇ ਇੱਥੇ ਠੇਕੇ ਦੇ ਵਿੱਚ ਜਿਹੜੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾ ਟਾਈਮ ਸਿਰ ਤਨਖਾਹਾਂ ਦਿੱਤੀਆਂ ਨੇ, ਬਹੁਤ ਕੁਛ ਇੱਥੇ ਕੀਤਾ ਵਾ, ਜਿਹਦੇ ਕਰਕੇ ਕੱਲ੍ਹ ਵੀ ਤਰੀਕ ਭੁਗਤ ਗਿਆ ਉੱਥੇ ਅੰਮ੍ਰਿਤਸਰ ਨੂੰ ਚੰਡੀਗੜ੍ਹ ਬੁਲਾਇਆ ਸੀ। ਮਤਲਬ ਭ੍ਰਿਸ਼ਟਾਚਾਰ ਦੀ ਬੜੀ ਵੱਡੀ ਜੜ੍ਹ ਸੀ, ਮੈਂ ਬੜੀ ਸ਼ਰਮ ਕੀਤੀ ਵੀ ਮੇਰਾ ਸ਼ਹਿਰ 'ਚ ਨਾਮ ਆ, ਵੀ ਚੰਗੇ ਨਹੀਂ ਲੱਗੀ ਇੱਦਾਂ ਕਰਦੇ, ਪਰ ਮੈਨੂੰ ਉਹਨੇ ਮਜਬੂਰ ਕਰਤਾ ਜੀ, ਜਿਸ ਕਰਕੇ ਮੈਂ ਕਦਮ ਚੁੱਕਿਆ ਜੀ। 50,000 ਰੁਪਇਆ ਰੰਗੇ ਲੈ ਪੈਸੇ ਲਏ ਨੇ, ਨੋਟ ਗਿਣ ਕੇ ਪਏ ਆ, 50,000 ਰੁਪਇਆ ਲੈ ਕੇ ਫਿਰ ਫੜਿਆ ਜੀ ਵਿਜੀਲੈਂਸ ਮੈਨੂੰ। ਪਵਨ ਸ਼ਰਮਾ, ਦੈਨਿਕ ਸਵੇਰਾ ਟੀਵੀ, ਤਰਨ ਤਾਰਨ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।